ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਹਿ ਆਸ ਕਰਦੇ ਆਂ ਆਪ ਜੀ ਸਾਰੇ ਤੰਦਰੁਸਤ ਹੋਰ ਜਿੱਥੇ-ਜਿੱਥੇ ਵੀ ਹੋ ਜੋ-ਜੋ ਵੀ ਹੋ ਅਕਾਲ ਪੁਰਖ ਦੇ ਭਾਣੇ ਚ ਹੋਵੋਗੇ ਉਹਦਾ ਸ਼ੁਕਰਾਨਾ ਕਰਦੇ ਹੋਵੋਗੇ ਅੱਜ ਅਸੀਂ ਜੋ ਪਾਣੀ ਦਾ 25 ਨੰਬਰ ਪਤਾ ਜਿਹੜਾ ਹੈ ਉਹ ਉਹਦੀ ਵਿਚਾਰ ਆਰੰਭ ਕਰਨੀ ਹੈ ਇਹ ਜਿਹੜਾ ਪਤਾ ਹੈ ਇਸ ਪਦੇ ਦੇ ਵਿੱਚ ਜਿਹੜਾ ਜ਼ਿਕਰ ਹੈ ਉਹ ਅਕਾਲ ਪੁਰਖ ਦੀ ਰਹਿਮਤ ਦਾ ਜ਼ਿਕਰ ਹੈ ਅਕਾਲ ਪੁਰਖ ਦੀ ਬਖਸ਼ਿਸ਼ ਦਾ ਜ਼ਿਕਰ ਹੈ ਅਕਾਲ ਪੁਰਖ ਦੇ ਗੁਰ ਪ੍ਰਸਾਦ ਦਾ ਜ਼ਿਕਰ ਹੈ ਤੇ ਉਹਨਾਂ ਦਾ ਜ਼ਿਕਰ ਹੈ ਜਿਹੜੇ ਉਹ ਬਖਸ਼ਿਸ਼ ਦੇ ਰਹਿਮਤ ਦੇ ਗੁਰ ਪ੍ਰਸਾਦ ਦੇ ਕਿਰਪਾ ਦੇ ਪਾਤਰ ਬਣਦੇ ਨੇ ਭਾਵ ਉਹ ਬਖਸ਼ਿਸ਼ ਰਹਿਮਤ ਲੈਣ ਵਾਲੇ ਦਾ ਜ਼ਿਕਰ ਹੈ ਸਾਡੇ ਕੋਲ ਸ਼ਬਦ ਨੇ ਬਾਬੇ ਨਾਨਕ ਦੇ ਅਸੀਂ ਰੋਜ਼ ਪੜ੍ਹਦੇ ਆਂ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਘਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕਿਵਡ ਚੀਰਾ ਰਹਾਓ ਇਹ ਬਾਬੇ ਨਾਨਕ ਦੀ ਬਾਣੀ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਸਫਾ ਨੰਬਰ 9 ਤੇ ਸੁਭਾਇਮਾਨ ਉਸ ਅਕਾਲ ਪੁਰਖ ਦਾ ਜਿਹੜਾ ਮਾਲਕ ਹੈ ਜਿਹੜਾ ਵੱਡਾ ਹੈ ਗਹਿਰ ਗਮੀਰਾ ਇੱਕੋ ਡੂੰਗਾ ਸਮੁੰਦਰ ਹੈ ਬਿਆੰਤ ਗੁਣਾ ਵਾਲਾ ਹੈ ਕੋਈ ਵੀ ਜੀਵ ਨਹੀਂ ਜਾਣਦਾ ਕਿ ਉਸ ਕਰਤੇ ਪੁਰਖ ਦਾ ਪਰਮਾਤਮਾ ਦਾ ਪ੍ਰਭੂ ਦਾ ਕਿੰਨਾ ਵੱਡਾ ਵਿਸਥਾਰ ਹੈ ਕੀਮਤ ਕਹਿਣ ਨਾ ਜਾਈਐ ਸਾਗਰ ਗੁਣੀ ਅਥਾ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹ ਉਸ ਕਰਤੇ ਪੁਰਖ ਦੀ ਡੁੰਗਾਈ ਦਾ ਵਡਿਆਈ ਦਾ ਅੰਦਾਜ਼ਾ ਅਸੀਂ ਨਹੀਂ ਲਾ ਸਕਦੇ ਪਰ ਚੰਗੇ ਲੋਕਾਂ ਦੀ ਸੰਗਤ ਕਰਕੇ ਜਿਹੜੇ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਜਿਹੜੇ ਨਾਮ ਅਭਿਆਸੀ ਨੇ ਅਸੀਂ ਕੀ ਕਰਨਾ ਸਿਰਫ ਤੇ ਸਿਰਫ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ ਸੱਚਾ ਸ਼ਬਦ ਵਿਸਾਹ ਉਸ ਸੱਚੇ ਨਾਮ ਦਾ ਸੱਚੇ ਸ਼ਬਦ ਦਾ व्यापार करना सौदा खरीदना फिर होर शब्द ने कथन न जाए अकथ स्वामी सदकह जाए नानक वारिया मेमा तिसकी कह न जाए अगम अगोचर बेअंत अथाह तेरी कीमत कह न जाय जीओ ਇਹ ਸ਼ਬਦ ਅਪਤਾਂ ਲੈਨੇ ਆ ਤਾਂ ਤੁਕਾਂ ਪੜੀ ਦੀਆਂ ਕਿ ਅਸੀਂ ਇਸ ਬਾਣੀ ਦੇ ਵਿਚਾਰ ਦੇ ਸ਼ੁਰੂ ਦੇ ਵਿੱਚ ਹੀ ਦੱਸ ਆਏ ਸੀ ਕਿ ਅੱਗੇ ਆਉਣ ਵਾਲੀ ਸਾਰੀ ਬਾਣੀ ਇਸੇ ਦਾ ਵਿਸਤਾਰ ਹੈ ਇਸੇ ਦਾ ਖਿਲਾਰ ਹੈ ਇਸ ਦੇ ਵਿਚਾਰ ਆਪਾਂ ਆਰੰਭ ਕੀਤੀ ਕਿਉਂਕਿ ਬਹੁਤੇ ਲੋਕ ਇਹ ਬਾਣੀ ਰੋਜ਼ ਪੜ੍ਹਦੇ ਨੇ। ਔਰ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਇਹਦੇ ਚ ਲਿਖਿਆ ਕੀ ਹੈ, ਇਹਦਾ ਭਾਵ ਕੀ ਹੈ। ਕੋਸ਼ਿਸ਼ ਨਹੀਂ ਕਰਦੇ ਅਸੀਂ ਸਮਾਂ ਨਹੀਂ ਦਿੰਦੇ। ਜਿਸ ਦਿਨ ਅਸੀਂ ਇਮਾਨਦਾਰੀ ਦੇ ਨਾਲ ਇਮਾਨਦਾਰੀ ਮੈਂ ਤਾਂ ਕਹਿੰਨਾ ਵੀ ਕਈ ਵਾਰੀ ਅਸੀਂ ਕਿਸੇ ਤੋਂ ਇਨਸਪਾਇਰ ਹੋ ਕੇ ਫਟਾਫਟੋ ਕੰਮ ਆਰੰਭ ਕਰ ਦਿੰਨੇ ਆਂ ਦੇਖਾ ਦੇਖੀ ਜਾਂ ਬੱਧਾ ਚੱਟੀ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਇਹ ਇਮਾਨਦਾਰੀ ਨਾਲ ਲਗਨ ਆਪਣੀ ਲਾਉਣੀ ਪਊਗੀ ਮਿਹਨਤ ਆਪਣੀ ਕਰਨੀ ਪਊਗੀ ਕੋਈ ਵੀ ਵੱਡੇ ਤੋਂ ਵੱਡਾ ਪ੍ਰਚਾਰਕ ਹੋਵੇ ਜਾਂ ਕੋਈ ਵੀ ਹੋਵੇ ਉਹ ਇਹ ਹੀ ਕਰ ਸਕਦਾ ਹੈ ਤੁਹਾਨੂੰ ਕਹਿ ਹੀ ਸਕਦਾ ਹੈ ਕਿ ਤੁਸੀਂ ਪਾਈ ਨਾਮ ਜਪੋ ਬਾਣੀ ਪੜੋ ਬਾਣੀ ਦੇ ਗਿਆਨ ਨਾਲ ਸਾਂਝ ਪਾਓ ਗਿਆਨ ਨੂੰ ਅਮਲ 'ਚ ਲੈ ਕੇ ਆਓ ਪਰ ਜਿਹੜੀ ਗੱਲ ਬਣਨੀ ਹੈ ਉਹ ਸ਼ਬਦ ਦੇ ਅਭਿਆਸ ਦੇ ਨਾਲ ਬਣਨੀ ਹੈ ਪ੍ਰੈਕਟਿਸ ਦੇ ਨਾਲ ਬਣਨੀ ਹੈ ਹਰੇਕ ਦੀ ਆਪਣੀ ਆਪਣੀ ਇੰਡੀਵਿਜੂਅਲ ਹਾਂ ਸੰਗਤ ਦਾ ਅਸਰ ਸੰਗਤ ਜਿਹੜੀ ਹੈ ਇਹਦਾ ਗੁਣ ਬਹੁਤ ਵੱਡਾ ਹੈ ਇਹ ਜੇ ਸੰਗਤ ਸਾਨੂੰ ਚੰਗੀ ਮਿਲ ਜੇ ਤੇ ਸਾਡੀ ਹੈਲਥ ਹੋ ਸਕਦੀ ਬਹੁਤ ਵੱਡੀ ਹੈਲਥ ਹੋ ਸਕਦੀ ਆਓ 25 ਨੰਬਰ ਪਤੇ ਦੀ ਅੱਜ ਆਪਾਂ ਵਿਚਾਰ ਆਰੰਭ ਕਰੀਏ ਇਹ ਹੈ ਬੋਤਾ ਕਰਮ ਲਿਖਿਆ ਨਾ ਜਾਏ ਅਕਾਲ ਪੁਰਖ ਦੀ ਬਖਸ਼ਿਸ਼ ਅਕਾਲ ਪੁਰਖ ਦੀ ਰਹਿਮਤ ਦਾ ਅੰਦਾਜ਼ਾ ਲਿਖਿਆ ਨਹੀਂ ਜਾ ਸਕਦਾ ਬਸ ਇਹਨੂੰ ਸਿੰਪਲੀ ਅਸੀਂ ਕਰਨਾ ਤਾਂ ਜੋ ਗੱਲ ਜਿਹੜੀ ਹੈ ਉਹ ਸਾਡੀ ਪਕੜ ਚ ਆਉਂਦੀ ਜਾਏ ਅਕਾਲ ਪੁਰਖ ਦੀ ਬਖਸ਼ਿਸ਼ ਉਸ ਦੀ ਰਹਿਮਤ ਇੰਨੀ ਵੱਡੀ ਹੈ ਕਿ ਉਹ ਲਿਖਣ ਦੇ ਵਿੱਚ ਲਿਆਂਦੀ ਹੀ ਨਹੀਂ ਜਾ ਸਕਦੀ ਵੱਡਾ ਦਾਤਾ ਤਿੱਲ ਨਾ ਤਮਾਏ ਅਕਾਲ ਪੁਰਖ ਪ੍ਰਭੂ ਇੰਨਾ ਵੱਡਾ ਹੋਣ ਦੇ ਬਾਵਜੂਦ ਵੀ ਪੂਰਾ ਵੀ ਤਮਾ ਨਹੀਂ ਭਾਵ ਉਹ ਨਿਰਭਉ ਹੈ ਤੇ ਮਾਇਆ ਤੋਂ ਦੂਰ ਹੈ ਤਿਲ ਨਾ ਤਮਾਏ ਤਿਲ ਜਿਨੀ ਵੀ ਤਮਾ ਨਹੀਂ ਹੈ ਇਸੇ ਕਰਕੇ ਉਹ ਨਿਰਭਉ ਹੈ ਇਸੇ ਕਰਕੇ ਉਹ ਮਾਇਆ ਤੋਂ ਦੂਰ ਹੈ ਬੌਧਾ ਕਰਮ ਲਿਖਿਆ ਨਾ ਜਾਏ ਅਕਾਲ ਪੁਰਖ ਦੀ ਰਹਿਮਤ ਬਖਸ਼ਿਸ਼ ਦਾ ਅੰਦਾਜ਼ਾ ਲਿਖਣ ਚ ਨਹੀਂ ਲਿਆਇਆ ਜਾ ਸਕਦਾ ਲਿਖਿਆ ਨਹੀਂ ਜਾ ਸਕਦਾ ਵੱਡਾ ਦਾਤਾ ਤਿਲ ਨਾ ਤਮਾਏ ਅਕਾਲ ਪੁਰਖ ਇੰਨਾ ਵੱਡਾ ਹੋਣ ਦੇ ਬਾਵਜੂਦ ਪੂਰਾ ਵੀ ਤਮਾ ਨਹੀਂ ਹੈ ਭਾਵ ਉਹ ਨਿਰਭਉ ਹੈ ਤੇ ਮਾਇਆ ਤੋਂ ਦੂਰ ਹੈ ਵੱਡਾ ਦਾਤਾ ਇਹ ਜਿਹੜੇ ਕਹਿ ਦਿੰਦੇ ਆ ਜੀ ਹੈ ਨਹੀਂ ਕੋਸ਼ ਨਹੀਂ ਹੈ ਇੱਕ ਕੁਦਰਤੀ ਰੱਬ ਹੈ ਨਹੀਂ ਅਕਾਲ ਪੁਰਖ ਹੈ ਵੱਡਾ ਦਾਤਾ ਤੇ ਉਹ ੱੱੱਲ ਜਿਨੀ ਵੀ ਤਮਾਨੀ ਰੱਖਦਾ ਕਿਉਂਕਿ ਮਾਇਆ ਤੋਂ ਦੂਰ ਹੈ ਕਿਤੇ ਮੰਗੇ ਜੋਦ ਅਪਾਰ ਕਿਤੇ ਮੰਗੇ ਜੋਦ ਅਪਾਰ ਇਹ ਚੀਜ਼ਾਂ ਬੜੇ ਧਿਆਨ ਨਾਲ ਵਚਣੀਆਂ ਨੇ ਸੁਣਨੀਆਂ ਨੇ ਔਰ ਇਹ ਇਹ ਸਿੱਖਣਾ ਅਸੀਂ ਦੱਸਿਆ ਵੀ ਇਹ ਅਕਾਲ ਪੁਰਖ ਦੀ ਬਖਸ਼ਿਸ਼ ਦਾ ਜ਼ਿਕਰ ਹੈ ਜਾਂ ਉਹ ਬਖਸ਼ਿਸ਼ ਲੈਣ ਵਾਲਿਆਂ ਦਾ ਜ਼ਿਕਰ ਹੈ ਸੋ ਕਿਤੇ ਮੰਗੇ ਜੋਦ ਉਪਾਰ ਕਈ ਅਕਾਲ ਪੁਰਖ ਤੋਂ ਸੂਰਮਗਤੀਆਂ ਹੀ ਮੰਗੀ ਜਾਂਦੇ ਆ ਉਹ ਇਹ ਦੱਸਾਂ ਕਰੀ ਜਾਂਦੇ ਐ ਕਿ ਅਸੀਂ ਸੂਰਮਗਤੀ ਨੂੰ ਪ੍ਰਾਪਤ ਹੋਈਏ ਕੇਤੇ ਮੰਗੇ ਜੋਦ ਉਪਾਰ ਕੇਤੇ ਆ ਗਣਤ ਨਹੀਂ ਵਿਚਾਰ ਐਸੇ ਮੰਗਤਿਆਂ ਦੀ ਐਸੇ ਮੰਗਣ ਵਾਲਿਆਂ ਦੀ ਗਿਣਤੀ ਦਾ ਕੋਈ شمار ਨਹੀਂ ਹੈ ਕੋਈ ਅੰਤ ਨਹੀਂ ਹੈ ਕੇਤੇ ਮੰਗੇ ਜੋਦ ਉਪਾਰ ਅਕਾਲ ਪੁਰਖ ਤੋਂ ਸੂਰਮਗਤੀਆਂ ਹੀ ਮੰਗੀ ਜਾਂਦੇ ਆਂ ਔਰ ਐਸੇ ਮੰਗਣ ਵਾਲਿਆਂ ਦੀ ਗਿਣਤੀ ਦਾ ਕੋਈ ਅੰਤ ਨਹੀਂ ਹੈ ਕਿਤੇ ਖੱਪ ਟੁੱਟੇ ਵੇਕਾਰ ਕਈ ਜੀਵ ਵਿਕਾਰਾਂ ਵਿੱਚ ਹੀ ਮਰ ਖੱਪ ਰਹੇ ਨੇ ਉਹਨਾਂ ਦੀ ਜਿਹੜੀ ਸੁਰਤੀ ਹੈ ਉਹ ਚੰਗਿਆਈ ਵਾਲੇ ਪਾਸੇ ਭਾਵ ਅਕਾਲ ਪੁਰਖ ਵਾਲੇ ਵਾਸਤੇ ਗੁਰਬਾਣੀ ਵਾਲੇ ਪਾਸੇ ਨਾਮ ਅਭਿਆਸ ਵਾਲੇ ਪਾਸੇ ਪੋਜ਼ਿਟਿਵ ਟਰੈਕ ਦੇ ਉੱਤੇ ਉਹਨਾਂ ਦੀ ਸੁਰਤੀ ਆਉਂਦੀ ਨਹੀਂ ਹੈ ਉਹ ਵਿਕਾਰਾਂ ਵਿੱਚ ਹੀ ਮਰੀ ਖਪੀ ਜਾ ਰਹੇ ਹੈ ਉਸ ਦੀਆਂ ਦਾਤਾਂ ਲੈ ਲੈ ਕੇ ਵੀ ਉਹ ਵਿਕਾਰਾਂ ਵਿੱਚ ਹੀ ਰਹਿੰਦੇ ਆ ਕਿਤੇ ਖੱਪ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਉਹ ਜਿਹੜੇ ਜੀਵ ਵਿਕਾਰਾਂ ਵਿੱਚ ਹੀ ਮਰਖਪ ਰਹੇ ਨੇ ਜਿਹੜੇ ਨਾਮ ਵਾਲੇ ਪਾਸੇ ਆਪਣੀ ਸੁਰਤੀ ਲਿਆਉਂਦੇ ਹੀ ਨਹੀਂ ਹੋਰ ਅੱਗੇ ਜ਼ਿਕਰ ਕਰਦੇ ਆ ਕਿਤੇ ਲੈ ਲੈ ਮੁਕਰਪਾ ਹੈ ਕਈ ਇਹਨੇ ਅਕਿਰਤ ਘਣ ਨੇ ਕਿ ਉਹ ਪ੍ਰਭੂ ਤੋਂ ਅਮੋਲਕ ਦਾਤਾਂ ਲੈ ਲੈ ਕੇ ਮੁਨਕਰ ਹੋ ਜਾਂਦੇ ਆ ਪਤਾ ਕਿ ਇਸ ਤਰ੍ਹਾਂ ਉਹ ਕਹਿੰਦੇ ਐ ਕਿ ਇਹ ਮੈਂ ਕੀਤਾ ਇਹ ਮੈਂ ਮਿਹਨਤ ਕੀਤੀ ਐ ਔਰ ਮੈਨੂੰ ਉਸ ਦਾ ਫਲ ਮਿਲਿਆ ਉਹ ਪ੍ਰਭੂ ਦੀ ਰਹਿਮਤ ਨੂੰ ਬਖਸ਼ਿਸ਼ ਨੂੰ ਕਿਰਪਾ ਨੂੰ ਗੁਰ ਪ੍ਰਸਾਦ ਨੂੰ ਕਬੂਲ ਦੇ ਨਹੀਂ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ ਕਿਤੇ ਮੰਗੇ ਜੋਧ ਪਾਰ ਕਿਤੇਆਂ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਵਿਕਾਰ ਕਿਤੇ ਲੈ ਲੈ ਮਕਰਪਾ ਹੈ ਮਕਰ ਜਾਂਦੇ ਆ ਅਕੀਰਤ ਕੰਨ ਨੇ ਉਹ ਅੱਗੇ ਚਲੀਏ ਕਿਤੇ ਮੂਰਖ ਕਾਹੀ ਕਾ ਹੈ ਕਈ ਇਹਨੇ ਮੂਰਖ ਨੇ ਉਹ ਸਿਰਫ ਤੇ ਸਿਰਫ ਖਾਣ ਪੀਣ ਦੇ ਸਵਾਦਾਂ 'ਚ ਹੀ ਰੁੱਝੇ ਹੋਏ ਐ। ਉਹਨਾਂ ਨੂੰ ਹੋਰ ਕਿਸੇ ਗੱਲ ਨਾਲ ਕੋਈ ਮਤਲਬ ਨਹੀਂ ਹੈ। ਨਵੇਂ-ਨਵੇਂ ਪਦਾਰਥ ਚੱਖਣ ਦੀ ਕੋਸ਼ਿਸ਼ ਕਰਦੇ ਐ। ਉਹਨਾਂ ਦੇ ਸਵਾਦਾ ਨੂੰ ਮੰਨਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਮੂਰਖ ਕਿਹਾ ਇਹਦਾ ਥੋੜਾ ਜਿਹਾ ਜ਼ਿਕਰ ਮਹੱਲੇ ਪੰਜਵੇਂ ਦੀ ਬਾਣੀ ਚ ਆਪਾਂ ਐਗਜ਼ਾਮਪਲ ਲੈ ਕੇ ਕਰਦੇ ਆ ਤੋਤੀ ਖੋਲ ਵਿਛਾਏ ਗਰ ਤਪ ਵਾਂਗੂ ਲਾਹੇ ਤੇ ਏ ਸਟੋਰੀਜ਼ ਕਲਚਰ ਇਤਿਹਾਸ ਗਵਾਹ ਹੈ ਇਸ ਚੀਜ਼ ਦਾ ਮਹੱਲਾ ਪੰਜਵਾਂ ਸ਼ਬਦ ਹੀ ਇੱਥੋਂ ਸ਼ੁਰੂ ਕਰਦੇ ਆ ਧੋਤੀ ਖੋਲ ਵਿਛਾਏ ਬ੍ਰਾਹਮਣ ਜਿਹੜਾ ਹੈ ਆਪਣੇ ਜਜਮਾਨਾਂ ਨੂੰ ਆਹੀ ਕਹਿੰਦਾ ਹੈ ਆਹੀ ਦੱਸਦਾ ਧੋਤੀ ਖੋਲ ਵਿਛਾਏ ਗਰਤਬ ਵਾਂਗੂ ਲਾਹੇ ਪੇਟ ਉਹ ਜਿਹੜਾ ਬ੍ਰਾਹਮਣ ਐ ਕਿਸੇ ਵੀ ਮੌਕੇ ਦੇ ਸਮੇਂ ਜਾਂ ਸ਼ਰਾਦ ਵਗੈਰਾ ਹੁੰਦੇ ਐ ਜਜਮਾਨ ਦੇ ਮਾਲਕ ਦੇ ਘਰ ਜਾ ਕੇ ਆਪਣੀ ਧੋਤੀ ਦਾ ਅੱਧਾ ਹਿੱਸਾ ਖੋਲ ਕੇ ਥੱਲੇ ਵਿਛਾਉਂਦਾ ਐ ਬੈਹ ਜਾਂਦਾ ਹੈ ਰਮਾਨ ਦੇ ਨਾਲ ਆ ਫੇਰੋ ਜਿਹੜਾ ਵੀ ਪਦਾਰਥ ਉੱਥੇ ਤਿਆਰ ਹੁੰਦਾ ਹੈ ਉਹਨੂੰ ਰੱਜ ਰੱਜ ਕੇ ਖਾਂਦਾ ਹੈ ਪਤਾ ਕਿਦਾਂ ਜਿੱਦਾਂ ਖੋਤਾ ਖਾਂਦਾ ਹੈ ਗਰਤਬ ਵਾਂਗੂ ਗਰਤਬ ਕਹਿੰਦੇ ਖੋਤੇ ਨੂੰ ਢਿੱਡ 'ਚ ਸੁੱਟਦਾ ਹੋਏ ਇਦਾਂ ਵੀ ਇਹ ਮੈਂ ਆਖਰੀ ਵਾਰ ਖਾ ਰਿਹਾ ਹਾਂ ਇਹ ਮੁਕਤੀ ਦਾ ਰਸਤਾ ਨਹੀਂ ਹੈ ਉਹਨੇ ਇੱਕ ਮਰਿਆਦਾ ਬਣਾਈ ਹੈ ਇੱਕ ਟਕਵੰਜ ਬਣਾਇਆ ਤੋਤੀ ਖੋਲ ਵਿਛਾਏ ਤੋਤੀ ਦਾ ਅੱਧਾ ਹਿੱਸਾ ਖੋਲ ਕੇ ਥੱਲੇ ਵਿਛਾਉਂਦਾ ਹੈ ਫਿਰ ਉਹਦੇ ਉੱਤੇ ਬਹਿ ਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਦਾਰਥ ਨੇ ਜਿਹੜੇ ਤਿਆਰ ਕੀਤੇ ਗਏ ਨੇ ਉਹ ਫਿਰ ਖਾਂਦਾ ਹੈ ਕਿਸ ਤਰ੍ਹਾਂ ਖੋਤੇ ਦੇ ਨਹੀਂ ਆਈ ਖੋਤੇ ਵਾਂਗਰ ਔਰ ਇਸੇ ਸ਼ਬਦ ਚ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਬਿਨ ਕਰ ਤੋਤੀ ਮੁਕਤ ਨਾ ਪਾਈ ਹੈ ਉਹ ਕਹਿੰਦੇ ਇਹ ਕੋਈ ਮੁਕਤੀ ਦਾ ਰਾਹ ਨਹੀਂ ਹੈ ਮੁਕਤ ਪਦਾਰਥ ਨਾਮ ਧਿਆਈ ਹੈ ਨਾਮ ਦੀ ਕਮਾਈ ਕਰਨ ਤੋਂ ਬਿਨਾ ਮੁਕਤ ਪਦਾਰਤ ਤੱਕ ਨਹੀਂ ਪਹੁੰਚਿਆ ਜਾ ਸਕਦਾ ਸ਼ਬਦ ਦੀ ਕਮਾਈ ਜ਼ਰੂਰੀ ਹੈ ਬਾਕੀ ਜੋ ਹੈ ਟਕਵੰਜ ਹੈ ਪਖੰਡ ਹੈ ਉਹ ਅਕਾਲ ਪੁਰਖ ਦੇ ਦਰ ਤੇ ਜਾਂ ਉਹ ਇਸ ਤਰ੍ਹਾਂ ਕਹਿ ਲੋ ਕਿ ਉਸ ਕੰਮ ਨੂੰ ਕੋਈ ਫਲ ਨਹੀਂ ਲੱਗੇਗਾ ਅਵਰ ਨਿਰਫਲ ਕਾਮਾ ਵੈਨ ਕਰ ਤੋਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਧਿਆਈਐ ਫਿਰ ਇਸ ਸ਼ਬਦ ਚ ਜ਼ਿਕਰ ਆਉਂਦਾ ਹੋਰ ਪੂਜਾ ਤਿਲਕ ਕਰ ਤਿਸ਼ਨਾਨਾ ਛੁਰੀ ਕਾੜ ਲੈਵੈ ਹੱਥ ਦਾਨਾ ਵੇਦ ਪੜੈ ਮੁਖ ਮਿੱਠੀ ਬਾਣੀ ਜੀਆਂ ਕੋਤ ਨ ਸੰਗੈ ਪ੍ਰਾਣੀ ਕਉ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸ਼ੁੱਧ ਬ੍ਰਹਮ ਵਿਚਾਰੈ ਅਕਾਲ ਪੁਰਖ ਦੀ ਨਦਰ ਬੜੀ ਜ਼ਰੂਰੀ ਹੈ ਪਰ ਉਹ ਨਦਰ ਦੇ ਬਖਸ਼ਿਸ਼ ਦੇ ਗੁਰਪ੍ਰਸਾਦ ਦੇ ਪਾਤਰ ਅਸੀਂ ਤਾਂ ਬਣਾਂਗੇ ਜੋ ਸਾਨੂੰ ਰਹਾਉ ਐ ਸ਼ਬਦ ਚ ਗਿਆਨ ਦੇ ਰਿਹਾ ਹੈ ਕਹਿੰਦੇ ਬਿਨ ਕਰਤੂਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਧਿਆਈਐ ਮਿਹਨਤ ਵੀ ਕਰਨੀ ਪਵੇਗੀ ਕਮਾਈ ਵੀ ਕਰਨੀ ਪਵੇਗੀ ਉਹ ਬਖਸ਼ਿਸ਼ ਦਾ ਪਾਤਰ ਬਣਨ ਵਾਸਤੇ ਸੋ ਕਈ ਉਸ ਕਾਲਪੁਰਖ ਤੋਂ ਦਾਤਾਂ ਲੈ ਲੈ ਕੇ ਮੁਕਰ ਜਾਂਦੇ ਐ ਉਸ ਤੋਂ ਮੁਨਕਰ ਹੋ ਜਾਂਦੇ ਐ ਕਹੇਤੇ ਮੂਰਖ ਖਾਈ ਖਾਈ ਕਈ ਇਹਨੇ ਮੂਰਖ ਨੇ ਜਿਹੜੇ ਖਾਣ ਪੀਣ ਦੇ ਚੱਕਰਾਂ 'ਚ ਹੀ ਫਸੇ ਰਹਿੰਦੇ ਐ ਕਹੇਤਿਆਂ ਦੁਖ ਭੂਖ ਸਦਮਾਰ ਕਹੇਤਿਆਂ ਦੁਖ ਭੂਖ ਸਦਮਾਰ ਕਿੰਨਿਆਂ ਹੀ ਜੀਵਾਂ ਨੂੰ ਤੇਰੇ ਭਾਣੇ ਵਿੱਚ ਤੇਰੀ ਰਜ਼ਾ ਵਿੱਚ ਦੁੱਖ ਭੁੱਖ ਦੀ ਮਾਰ ਵਗੀ ਰਹਿੰਦੀ ਹੈ ਕਿਉਂਕਿ ਪ੍ਰਭੂ ਕਰਮਾਂ ਦਾ ਭੁਗਤਾਨ ਕਰਾਉਂਦਾ ਹੈ ਪੂਰਵਲੇ ਕਰਮਾਂ ਦਾ ਭੁਗਤਾਨ ਕੇਤਿਆਂ ਦੁੱਖ ਭੁੱਖ ਸਦਮਾਰ ਕਿੰਨੇ ਆ ਜੀਵਾਂ ਨੂੰ ਤੇਰੀ ਰਜ਼ਾ ਦੇ ਵਿੱਚ ਦੁੱਖ ਭੁੱਖ ਦੀ ਮਾਰ ਵਗੀ ਰਹਿੰਦੀ ਹੈ ਕਿਉਂਕਿ ਪ੍ਰਭੂ ਕਰਮਾਂ ਦਾ ਭੁਗਤਾਨ ਕਰਾਉਂਦਾ ਹੈ ਇਹ ਉਹਦੀ ਰਜ਼ਾ ਹੈ ਇਹ ਉਹਦਾ ਇੱਕ ਸਿਸਟਮ ਹੈ ਜਿਸ ਸਿਸਟਮ ਚ ਸਾਨੂੰ ਸਾਰਿਆਂ ਨੂੰ ਲੰਘਣਾ ਪੈਂਦਾ ਏ ਪੇਦਾਤ ਤੇਰੀ ਦਾਤਾਰ ਇਸ ਨੂੰ ਗੁਰਬਾਣੀ ਨੂੰ ਮੰਨਣ ਵਾਲੇ ਪ੍ਰਭੂ ਨਾਲ ਪੇਮ ਕਰਨ ਵਾਲੇ ਪ੍ਰਭੂ ਤੇ ਪ੍ਰਤੀਤ ਭਰੋਸਾ ਰੱਖਣ ਵਾਲੇ ਇਹ ਮੰਨਦੇ ਨੇ ਕਿ ਇਹ ਦੁੱਖ ਭੁੱਖ ਵੀ ਤੇਰੀ ਹੀ ਦਾਤ ਹੈ ਇਹ ਪੇ ਦਾਤ ਤੇਰੀ ਦਤਾਰ ਇਹ ਲਾਈਨ ਜਿਹੜੀ ਹੈ ਇੱਕ ਗੱਡੀਆਂ ਦੇ ਪਿੱਛੇ ਲਿਖੀ ਹੁੰਦੀ ਹੈ ਹੁਣ ਦੇਖੋ ਇਹ ਜਾ ਕੇ ਕਿੱਥੇ ਜੁੜਦੀ ਹੈ ਕਿੰਨੇ ਕ ਅਸੀਂ ਗੁਰਬਾਣੀ ਨਾਲ ਸਾਂਝ ਪਾਈ ਹੈ ਕਿੰਨੇ ਕਿੰਨਾ ਕ ਅਸੀਂ ਗੁਰਬਾਣੀ ਨੂੰ ਆ ਆ ਤਾਲੇ ਆਪਣੇ ਜੀਵਨ ਚ ਮੰਨ ਲਿਆ ਵੀ ਹਾਂ ਗੁਰਬਾਣੀ ਗੁਰੂ ਹੈ ਇਹਨੂੰ ਮੱਥਾ ਟੇਕੋ ਇਹਦਾ ਸਤਕਾਰ ਕਰੋ ਪਰ ਉਹਨੂੰ ਜੀਵਨ ਦੇ ਵਿੱਚ ਪ੍ਰੈਕਟੀਕਲ ਦੇ ਵਿੱਚ ਕਿੰਨਾ ਅਸੀਂ ਲੈ ਕੇ ਆਏ ਆ ਇਹ ਡਿਸਾਈਡ ਕਰਨਾ ਪਊ ਸੋਚਣਾ ਪਊਗਾ ਕਿ ਇਹ ਹੁਣ ਜਦੋਂ ਸਾਰਾ ਤਰਤੀਬ ਵਾਰ ਨੂੰ ਪੜ ਕੇ ਆ ਰਹੇ ਆ ਤੇ ਇਹ ਦੇਖੋ ਕਿੱਥੇ ਆ ਕੇ ਨਿਕਲਦੀ ਗੱਲ ਇਹ ਪਿਹਦਾਤ ਤੇਰੀ ਦਾਤਾਰ ਕੀ ਕੇਤਿਆਂ ਦੁਖ ਭੋਖ ਸਦਮਾਰ ਕਈਆਂ ਨੂੰ ਉਸ ਕਾਲਪੁਰਖ ਦੀ ਰਜ਼ਾ ਦੇ ਵਿੱਚ ਦੁਖ ਭੋਖ ਦੀ ਮਾਰ ਵਗੀ ਰਹਿੰਦੀ ਹੈ ਪਰ ਇਹ ਦੁਖ ਭੋਖ ਵੀ ਤੇਰੀ ਹੀ ਦਾਤ ਹੈ ਇਹ ਤੇਰਾ ਹੀ ਪ੍ਰਬੰਧ ਹੈ ਤੇਰਾ ਹੀ ਸਿਸਟਮ ਹੈ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਈ ਜੇ ਉਸ ਕਰਤੇ ਪੁਰਖ ਦੇ ਭਾਣੇ ਵਿੱਚ ਰਹਿਣਾ ਸਿੱਖ ਜਾਈਏ ਤਾਂ ਮਾਇਆ ਤੋਂ ਛੁਟਕਾਰਾ ਹੋ ਸਕਦਾ ਹੈ ਬੰਦ ਖਲਾਸੀ ਬੰਦਨਾ ਤੋਂ ਛੁਟਕਾਰਾ ਮਾਇਆ ਦੇ ਜਿਹੜਾ ਆਪਾਂ ਜ਼ਿਕਰ ਕਰਦੇ ਆ ਰਹੇ ਆਂ ਅਟੈਚਮੈਂਟਸ ਆਪਾਂ ਡਿਟੈਚਡ ਹੋਣਾ ਇਹ ਹੈ ਉਹ ਗੱਲ ਬੰਦ ਖਲਾਸੀ ਪਾਣੇ ਹੋਏ ਪਾਣਾ ਇਹ ਸਿੱਧਾ ਜਿੱਥੇ ਦੋ ਲਾਵਾਂ ਆ ਜਾਣ ਉਹ ਸਿੱਧਾ ਲਫ਼ਜ਼ ਜਿਹੜਾ ਪਰਮਾਤਮਾ ਵੱਲ ਨੂੰ ਟੁਕੇਗਾ ਜੇ ਕਰਤੇ ਪੁਰਖ ਦੇ ਭਾਣੇ ਵਿੱਚ ਰਹਿਣਾ ਸਿੱਖ ਜਾਈਏ ਤਾਂ ਮਾਇਆ ਤੋਂ ਛੁਟਕਾਰਾ ਅਵਸ਼ ਹੋ ਸਕਦਾ ਹੈ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕਿਆ ਕੋਈ ਹਾਂਜੀ ਇੱਥੇ ਥੋੜਾ ਜਿਹਾ ਧਿਆਨ ਦੇਣਾ ਹੋਰ ਦੇ ਰਾਰੇ ਨੂੰ ਔਂਕੜ ਹੈ ਕਿਉਂ ਹੈ ਹੁਣੇ ਲੱਗਦਾ ਪਤਾ ਹੋਰ ਪਰ ਇਹ ਨਿਰਣਾ ਪ੍ਰਭੂ ਹੀ ਕਰੇਗਾ ਹੋਰ ਕੋਈ ਨਹੀਂ ਕਰ ਸਕਦਾ ਹੋਰ ਆਖ ਨਾ ਸਕਿਆ ਕੋਈ ਬੰਦ ਖਲਾਸੀ ਪਾਣਾ ਹੋਏ ਹੋਰ ਅਕਾਲ ਪੁਰਖ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਇਹ ਬੰਧ ਖਲਾਸੀ ਦਾ ਨਿਰਣਾ ਕੋਈ ਨਹੀਂ ਕਰ ਸਕਦਾ ਇਹ ਕੇਵਲ ਤੇ ਕੇਵਲ ਕਰਤਾ ਪੁਰਖ ਪ੍ਰਭੂ ਪਰਮਾਤਮਾ ਹੀ ਕਰੇਗਾ ਜੇ ਕੋ ਖਾਇਕ ਅਖਣ ਪਾਇ ਉਹ ਜਾਣੈ ਜਿਤਿਆ ਮੋਇ ਕਾਇ ਜੇ ਕੋਈ ਮੂਰਖ ਜੇ ਕੋ ਖਾਇਕ ਆਖਣ ਪਾਏ ਜੇ ਕੋਈ ਮੂਰਖ ਖਾਇਕ ਹੁੰਦਾ ਐ ਨੂੰ ਨੂੰ ਠੇਠ ਬੋਲੀ ਦੇ ਵਿੱਚ ਕਹਿ ਦਿੰਦੇ ਆ ਬੜਾ ਕੱਚਾ ਬੰਦਾ ਆ ਉਹ ਗੱਲ ਤੇ ਨਹੀਂ ਰਹਿੰਦਾ ਆਪਣੀ ਜਿਹੜੀ ਗੱਲ ਕਹਿੰਦਾ ਉਹ ਕਰਦਾ ਨਹੀਂ ਉਹ ਆਪਾਂ ਉਹਨੂੰ ਪ੍ਰਾਣੀ ਪੰਜਾਬੀ ਬੋਲੀ ਚ ਕਹਿੰਦੇ ਆ ਬੰਦਾ ਬੜਾ ਕੱਚਾ ਅੱਜ ਕੱਲ ਤੇ ਹੋਰ ਕਈ ਲਫ਼ਜ਼ ਵਰਤਨੇ ਸ਼ੁਰੂ ਕਰ ਦਿੱਤੇ ਨੇ ਜਿਹੜੇ ਸੋਸਾਇਟੀ ਚ ਜੱਜਦੇ ਵੀ ਨਹੀਂ ਪਰ ਉਹ ਪ੍ਰਵਾਨ ਕਰ ਲਏ ਨੇ ਕੱਚਾ ਬੰਦਾ ਇਹਨੂੰ ਹੋਰ ਜੇ ਠੇਠ ਖੋਲਣਾ ਹੋਏ ਇਨੂੰ ਲਫ਼ਜ਼ ਵਰਤਿਆ ਜਾ ਸਕਦਾ ਗਪੌੜੀ ਜੇ ਕੋ ਖਾਇਕ ਅਖਣ ਪਾਇ ਜੇ ਕੋਈ ਮੂਰਖ ਗਪੌੜੀ ਇਹ ਆਖੇ ਕਿ ਮੈਂ ਰੱਬ ਨੂੰ ਪਾ ਲਿਆ ਹੈ ਉਹ ਜਾਣੇ ਜੇ ਤੇ ਆ ਮੂ ਖਾਇ ਉਸ ਮਤਹੀਣ ਨੂੰ ਇਹ ਨਹੀਂ ਪਤਾ ਕਿ ਇਸ ਅਵਗਿਆ ਦੇ ਬਦਲੇ ਉਸ ਨੂੰ ਕਿੰਨੀ ਕੁ ਸਜ਼ਾ ਜਿਹੜੀ ਹੈ ਮਿਲਣੀ ਹੈ ਮੂੰਹ ਤੇ ਚਪੇੜਾਂ ਵੱਜਣੀਆਂ ਨੇ ਮੂੰਹ ਖਾਏ ਕਿੰਨੀਆਂ ਚਪੇੜਾਂ ਉਸ ਮੂਰਖ ਗਪੌੜੀ ਨੂੰ ਖਾਣੀਆਂ ਪੈਣੀਆਂ ਨੇ ਜਿਹੜਾ ਇਹ ਕਲੇਮ ਕਰੇ ਕਿ ਮੈਂ ਕਰਤੇਪੁਰਖ ਨੂੰ ਪਾ ਲਿਆ ਹੈ ਪੋਜਾਣੇ ਜੇਤੀਆ ਮੁਖਾਇ ਵਾਹਿਗੁਰੂ ਆਪੇ ਜਾਣਾ ਆਪੇ ਦੇ ਆਖੇ ਸੇ ਭੇ ਕੇਈ ਕੇ ਕਾਲਪੁਰਖ ਦਿਬਖਸ਼ਿਸ਼ਟ ਰਹਿਣ ਵਾਲੇ ਕੋਈ ਟਾਵੇਂ ਜੀਵ ਹੀ ਇਹ ਜਾਣਦੇ ਨੇ ਕਿ ਕਰਤਾ ਪੁਰਖ ਆਪ ਹੀ ਸਭ ਜਾਣਦਾ ਹੈ ਉਸ ਕਰਤੇ ਪੁਰਖ ਨੂੰ ਪਰਮਾਤਮਾ ਨੂੰ ਸਾਡੇ ਦੁੱਖਾਂ ਦਾ ਪਰੇਸ਼ਾਨੀਆਂ ਦਾ ਇਲਮ ਹੈ ਇੰਨਾ ਵੱਡਾ ਦਾਤਾ ਜਿਨੇ ਸਾਨੂੰ ਭੇਜਿਆ जिन्ने ਇਹ ਸਿਸਟਮ ਜਿਨੇ ਸਾਰਾ ਇਹ ਖਲਾਰ ਕ੍ਰੀਏਟ ਕੀਤਾ ਤੇ ਉਹਨੂੰ ਇਹਨਾ ਨਹੀਂ ਪਤਾ ਕਿ ਸਾਡੀ ਕੀ ਲੋੜ ਹੈ ਆਪੇ ਜਾਣਾ ਹੈ ਆਪੇ ਦੇ ਕਰਤਾਪੁਰਖ ਆਪ ਹੀ ਸਭ ਜਾਣਦਾ ਹੈ ਔਰ ਉਹਦੀ ਬਖਸ਼ਿਸ਼ ਦੇ ਪਾਤਰ ਉਹਦੇ ਪਾਣੇ 'ਚ ਰਹਿਣ ਵਾਲੇ ਕੋਈ ਤਾਂਵੇਂ-ਤਾਵੇਂ ਵੀ ਇਹ ਜਾਣ ਲੈਂਦੇ ਨੇ ਕਿ ਉਸ ਦੇ ਮੁਤਾਬਕ ਹੀ ਕਰਤਾਪੁਰਖ ਉਹ ਦਾਤਾ ਜਿਹੜੀਆਂ ਨੇ ਦਿੰਦਾ ਹੈ ਸੰਪੈ ਕਾਰਣ ਈਸ਼ਰ ਧਾਇਐ ਸੰਪੈ ਪੁਰਬ ਲਿਖੇ ਕੀ ਪਈਐ ਆਪੇ ਜਾਣੈ ਆਪੇ ਦੇ ਉਹਨੂੰ ਸਭ ਪਤਾ ਹੈ ਔਰ ਦੇ ਵੀ ਦੇਣਾ ਜੇ ਲੋੜ ਹੋਈ ਸਾਨੂੰ ਉਹਨੇ ਦੇ ਵੀ ਦੇਣਾ ਉਹ ਸਭ ਜਾਣਦਾ ਹੈ ਸਾਡੇ ਬਾਰੇ ਔਰ ਉਸ ਦੇ ਮੁਤਾਬਕ ਹੀ ਸਾਨੂੰ ਦਤਾਂ ਦਿੰਦਾ ਹੈ ਅੱਖਾਂ ਸੇ ਭੇਕੇਈ ਕੇ ਕਰਤਾਪੁਰਖ ਆਪ ਹੀ ਸਾਰਿਆਂ ਦੀਆਂ ਲੋੜਾਂ ਨੂੰ ਜਾਣਦਾ ਹੈ ਅੱਖਾਂ ਸੇਪੇ ਕੇ ਕੇ ਪਰ ਕੋਈ ਟਾਵੇਂ ਟਾਵੇਂ ਇਹ ਗੱਲ ਨੂੰ ਵੀ ਜਾਣ ਲੈਂਦੇ ਨੇ ਕੋਈ ਕੋਈ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹਨ ਕਈ ਜਿਹੜੇ ਐ ਅਰਦਾਸਾਂ ਕਰਾ ਕਰਾ ਕੇ ਦਾਤਾਂ ਦੇ ਪਿੱਛੇ ਭੱਜਦੇ ਆ ਜਾਂ ਆਪ ਅਰਦਾਸਾਂ ਕਰਦੇ ਆ ਸਾਨੂੰ ਆ ਮਿਲ ਜੇ ਆ ਮਿਲ ਜੇ ਆ ਮਿਲ ਜੇ ਆ ਮਿਲ ਜੇ ਅਖੀਰ ਤੇ ਉਸ ਕਰਤੇ ਪੁਰਖ ਦੀ ਵਡਿਆਈ ਪਰਮਾਤਮਾ ਦੀ ਵਡਿਆਈ ਪਰਮਾਤਮਾ ਦੀ ਸਿਫਤ ਸਲਾਹ ਦੀ ਵਡਿਆਈ ਆ ਦੋ ਤੁਕਾਂ ਦੇ ਵਿੱਚ ਪਰਮਾਤਮਾ ਸਾਨੂੰ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਸ ਜੀਵ ਨੂੰ ਬੰਦਗੀ ਕਰਨ ਦੀ ਬਖਸ਼ਿਸ਼ ਹੋ ਜਾਵੇ ਜਿਸ ਨੂੰ ਭਗਤੀ ਕਰਨ ਦੀ ਬਖਸ਼ਿਸ਼ ਹੋ ਜਾਵੇ ਜਿਸ ਨੂੰ ਨਾਮ ਜਪਣ ਦੀ ਪ੍ਰੇਰਣਾ ਮਿਲ ਜਾਏ ਨਾਨਕ ਜੋਤ ਕਹਿੰਦੀ ਹੈ ਕਿ ਉਹ ਆਪਣੇ ਆਪ ਵਿੱਚ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਗਿਆ ਸਮਝੋ। ਪੰਚ ਪ੍ਰਵਾਨ ਹੋ ਗਿਆ ਸਮਝੋ। ਉਸ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਰਹਿਮਤ ਦਾ ਪਾਤਰ ਬਣਿਆ ਸਮਝੋ, ਗੁਰਪ੍ਰਸਾਦ ਦਾ ਪਾਤਰ ਬਣਿਆ ਸਮਝੋ। ਭਰੇ ਕੋਈ ਮੰਗਦਾ ਨਹੀਂ। ਇਹ ਕੋਈ ਅਰਦਾਸ ਨਹੀਂ ਕਰਾਉਂਦਾ ਵੀ ਸਾਨੂੰ ਕਰਤੇ ਪੁਰਖ ਦੀ ਨਾਮ ਕਰਦੇ ਅਰਦਾਸ ਆਪ ਵੀ ਸਾਨੂੰ ਕਰਤੇ ਪੁਰਖ ਦੀ ਬੰਦਗੀ ਕਰਨ ਵਾਲੀ ਸਮਤ ਦੇ ਜੋਰ ਦੇ ਬਸ ਅਸੀਂ ਤੇਰਾ ਨਾਮ ਏ ਨਾਮ ਧਿਆਈਏ ਜਿਸ ਨੂੰ ਬਖਸ਼ੇ ਸਿਫਤ ਸਲਾਹ ਪਰ ਉਹ ਗਾਲ ਪੁਰਖ ਜਿਸ ਨੂੰ ਬਖਸ਼ ਦਵੇ ਜਿਸ ਨੂੰ ਇਹ ਨਾਮ ਦੀ ਦਾਤ ਦੇ ਦੇਵੇ ਜਿਸ ਨੂੰ ਇਹ ਨਾਮ ਜਪਣ ਦੀ ਪ੍ਰੇਰਣਾ ਦੇ ਦੇਵੇ ਜਿਸ ਨੂੰ ਇਹ ਲਾਈਟ ਹੋ ਜੇ ਕਿ ਨਾਮ ਤੋਂ ਬਿਨਾ छुटਕਾਰਾ ਨਹੀਂ ਹੈ ਉਹ ਫਿਰ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਫਿਰ ਉਹਨੂੰ ਇਦਾਂ ਸਮਝੋ ਕਿ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਗਿਆ ਇੱਥੇ ਪਾਧਾ ਨੰਬਰ 25 ਜਿਹੜਾ ਹੈ ਉਹ ਸਮਾਪਤ ਹੁੰਦਾ ਹੈ ਕੀ ਅਸੀਂ ਹੁਣ ਇਸ ਬੰਦ ਦੇ ਵਿੱਚੋਂ ਇਸ ਪਦੇ ਦੇ ਵਿੱਚੋਂ ਲੈਸਨ ਲੈਣਾ ਨਾਮ ਜਪਨ ਦੀ ਕਾਮਯਾਬੀ ਤੇ ਇੱਕ ਪਾਸੇ ਹੈ ਦੁਨੀਆਂ ਚ ਰਹਿੰਦੇ ਹੋਏ ਵੀ ਜੋ ਵੀ ਮਨੁੱਖ ਕਾਮਯਾਬੀਆਂ ਹਾਸਲ ਕਰਦਾ ਹੈ ਉਹ ਕਰਤੇ ਪੁਰਖ ਦੀ ਬਖਸ਼ਿਸ਼ ਤੋਂ ਬਿਨਾ ਨਹੀਂ ਹੁੰਦੀਆਂ ਕਰਤੇ ਪੁਰਖ ਦੀ ਕਿਰਪਾ ਬੜੀ ਜ਼ਰੂਰੀ ਹੈ ਔਰ ਉਹ ਸਾਰਿਆਂ ਤੇ ਹੋ ਰਹੀ ਹੈ ਜਿਸ ਤਰ੍ਹਾਂ ਇਹ ਇਹ ਆਪਾਂ ਗੱਲ ਕਰਦੇ ਹਾਂ ਕਈ ਵਾਰੀ ਵੀ ਸੂਰਜ ਦੀਆਂ ਕਿਰਨਾਂ ਸੋਹਣੇ ਗੁਲਾਬ ਦੇ ਫੁੱਲ ਤੇ ਵੀ ਪੈਂਦੀਆਂ ਨੇ ਔਰ ਉਹ ਹੀ ਕਿਰਨਾਂ ਰੂੜੀ ਦੇ ਢੇਰ ਤੇ ਵੀ ਪੈਂਦੀਆਂ ਨੇ ਇਸੇ ਤਰ੍ਹਾਂ ਅਕਾਲ ਪੁਰਖ ਦੀ ਰਹਿਮਤ ਹੈ ਪਰ ਜਿਸ ਨੂੰ ਬਖਸ਼ੇ ਸਿਫਤ ਸਲਾ ਜਿਹਨੂੰ ਆ ਬਖਸ਼ਿਸ਼ ਮਿਲ ਗਈ ਜਿਹਨੂੰ ਨਾਮ ਅਭਿਆਸ ਦੀ ਦਾਤ ਮਿਲ ਗਈ ਜਿਹਨੂੰ ਨਾਮ ਜਪਣ ਦੀ ਦਾਤ ਮਿਲ ਗਈ ਉਹ ਇਸ ਤਰ੍ਹਾਂ ਸਮਝੋ ਕਿ ਉਹ ਫਿਰ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਪਰ ਇਹ ਪ੍ਰਸਾਹ ਇਹ ਪ੍ਰਤੀਤ ਇਹ ਪਿਆਰ ਇਹ ਲਗਨ ਅਸੀਂ ਮੰਨਣ ਨੂੰ ਤਿਆਰ ਐਕਸੈਪਟ ਕਰਨ ਨੂੰ ਤਿਆਰ। ਜੇ ਦਾ ਰਿਜ਼ਲਟ ਕੀ ਨਿਕਲੇਆ ਜਿਹੜੀ ਆਪਾਂ ਵਿਚਾਰ ਕੀਤੀ ਹੈ। ਜੇ ਫੇਰ ਰਿਜ਼ਲਟ ਕੀ ਨਿਕਲਿਆ ਕੀ ਸਾਨੂੰ ਕਰਨਾ ਚਾਹੀਦਾ? ਕੋ ਨਾਨਕ ਇਹ ਤਤ ਵਿਚਾਰਾ ਇਨਹਰ ਭਜਨ ਨਾ ਹੀ ਛੁਟਕਾਰਾ ਗੁਰੂ ਅਰਜਨ ਪਾਤਸ਼ਾਹ ਬਖਸ਼ਿਸ਼ ਕਰਦੇ ਐ ਇਸ ਸ਼ਬਦ ਦੇ ਵਿੱਚ ਜਿਹੜਾ ਪੰਨਾ ਨੰਬਰ 188 ਤੇ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋੜੀ ਮਹੱਲਾ ਪੰਜਵਾਂ ਕਹਿੰਦੇ ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ सिंपल है समझ आएगी हम पढ़ना बिल्कुल तो गल आएगी क्योंकि आ पता आपार लिया हूँ जी है सौखी होर हो जानी है वड़े-वड़े जो दी लोग तीन को ब्याप चिंता रोग कौन वड़ा माया वड्याई सो वड़ा जिन राम लिव लाई ਸੋ ਵੱਡਾ ਜਨਰਾਮ ਲਿਵ ਲਈ ਕਰਤੇ ਪੁਰਖ ਦੀ ਨਿਗਾਹ ਦੇ ਵਿੱਚ ਉਹੀ ਵੱਡਾ ਬਣੂ ਜਿਹੜਾ ਇਹ ਕੰਮ ਕਰ ਗਿਆ ਫੇਰ ਭੂਮੀਆਂ ਭੂਮ ਉੱਪਰ ਨਿਤ ਲੁਜੇ ਮੇਰੇ ਕੋਲ ਆਹ ਪ੍ਰਾਪਰਟੀ ਐ ਮੈਂ ਆਹ ਬਿਜ਼ਨਸ ਖੜਾ ਕਰਤਾ ਮੈਂ ਇੰਨੇ ਪੈਸੇ ਕਮਾਲੇ ਫੇਰ ਮੈਂ ਆਹ ਲੈ ਲਿਆ ਫੇਰ ਮੈਂ ਉਹ ਲੈ ਲਿਆ ਜ਼ਮੀਨ ਦਾ ਮਾਲਕ ਜਿਵੇਂ लड़द एक दूजे दूजे लड़ता को माड़ी मोटी को वट बना इधर उधर कर ले फिर लड़द भूमिया भूम पुम्य। उपर नित लुझ छोट चलै त्रिष्णा नहीं बुझे बंदे ने चले जाना और जमीन तो उथे पई रह अज मलकीय किसी होर को कल न किसी होर होनी कौ नानक तत्त बिचारा बिन हर भजन ना ही छुटकारा ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਇੱਥੇ ਭਰੋਸਾ ਜੇ ਬਣ ਗਿਆ ਇਮਾਨਦਾਰੀ ਦੇ ਨਾਲ ਜੇ ਲਗਨ ਲੱਗ ਗਈ ਉਸ ਕਰਤੇ ਪੁਰਖ ਦੇ ਨਾਮ ਦੇ ਵਿੱਚ ਬਹੁ ਕੀ ਸਭ ਸਭ ਕੁਝ ਫਿੱਕਾ ਲੱਗਣਾ ਸ਼ੁਰੂ ਹੋ ਜਾਣਾ ਪ੍ਰਾਪਰਟੀਆਂ ਹੋਣ ਪਰਿਵਾਰ ਹੋਵੇ ਧੀਆ ਪੁੱਤ ਹੋਣ ਮਾਪਿਓ ਹੋਣ ਸਭ ਫਿੱਕਾ ਪੈ ਜਾਂਦਾ ਇਹ ਕਹਿੰਦੇ ਆ ਗੱਲ ਇਹ ਕਹਿੰਦੇ ਆ ਗੱਲ ਕਿ ਕੁਸ਼ ਅਰਸੇ ਦੇ ਬਾਅਦ ਕੁਸ਼ ਸਮੇਂ ਦੇ ਬਾਅਦ ਸਾਰੇ ਪਰਾਏ ਹੋ ਜਾਂਦੇ ਆ ਸਭ ਕੁਸ਼ ਪਰਾਇਆ ਹੋ ਜਾਂਦਾ ਗੱਲ ਬਿਲਕੁਲ ਸੱਚ ਹੈ ਕਿਸੇ ਵਿਦਵਾਨ ਨੇ ਇਹ ਗੱਲ ਆਖੀ ਹੈ ਕੁਸ਼ ਸਮੇਂ ਦੇ ਬਾਅਦ ਸਭ ਕੁਸ਼ ਪਰਾਇਆ ਹੋ ਜਾਂਦਾ ਜਿੰਨੇ ਮਰਜ਼ੀ ਦਾਅਵੇ ਕਰੀ ਜਾਈਏ ਵੀ ਆ ਸਾਡਾ ਆ ਸਾਡਾ ਆ ਸਾਡਾ ਲੇਕਿਨ ਟਾਈਮ ਪਾ ਕੇ ਸਭ ਪਰਾਇ ਹੋ ਜਾਂਦਾ ਇਸ ਕਰਕੇ ਅਸੀਂ ਤੱਤ ਵਸਤੂ ਸੰਭਣੀ ਹੈ ਗੁਰੂ ਦੇ ਗਿਆਨ ਨਾਲ ਸਾਂਝ ਪਾਉਣੀ ਹੈ ਇਹਦੀ ਵੈਲਿਊ ਪਾਉਣੀ ਹੈ ਇਹਦੀ ਵੈਲਿਊ ਰੱਖਣੀ ਹੈ ਇਸ ਗਿਆਨ ਦੀ ਇੱਜ਼ਤ ਰੱਖਣੀ ਹੈ ਗੁਰਬਾਣੀ ਗੁਰੂ ਦੀ ਲਾਜ ਰੱਖਣੀ ਹੈ ਅਸੀਂ ਉਧਰ ਕੋਈ ਫਰਕ ਨਹੀਂ ਪੈਣਾ ਮਹਾਰਾਜ ਕਹਿੰਦੇ ਹੈ ਕਹਿੰਦੇ ਸਸਾ ਸ਼ਰਨ ਪਰੇ ਅਭਾਰੇ ਬੜੀਆ ਬੜੀਆਂ ਚਤਰਾਇਆਂ ਕਰਦਾ ਰਿਹਾ ਹਾਰ ਕੇ ਤੇਰੀ ਸ਼ਰਨ ਚ ਆਉਣਾ ਹੀ ਪਿਆ ਆਗੇ ਸਾਸਤ ਸਿਮਰਤ ਵੇਦ ਪੁਕਾਰੇ ਸੋਧਤ ਸੋਧਤ ਸੋਧ ਵਿਚਾਰਾ ਇੱਕ ਵਾਰੀ ਨਹੀਂ ਕੀਤਾ ਉਹਨਾਂ ਨੇ ਇਹ ਨਿਰਣਾ ਜਿਹੜਾ ਲਿਆ ਹੈ ਕਿ ਬਿਨ ਹਰ ਭਜਨ ਨਹੀਂ ਛੁਟਕਾਰਾ ਇਹ ਇਹ 1 ਮਿੰਟ ਚ ਨਹੀਂ ਲੈ ਲਿਆ ਸੋਧਤ ਸੋਧਤ ਸੋਧ ਵਿਚਾਰਾ ਬਹੁਤ ਵਿਚਾਰ ਕਰ ਕਰਕੇ ਕਰ ਕਰਕੇ ਕਰ ਕਰਕੇ ਇਸ ਨਤੀਜੇ ਤੇ ਪਹੁੰਚੇ ਕਿ ਬਿਨ ਹਰ ਭਜਨ ਨਹੀਂ छुटकारा ਚੀਜ਼ ਨੂੰ ਐਕਸੈਪਟ ਕਰਨਾ ਸਿੱਖੀਏ ਚੀਜ਼ ਨੂੰ ਜੋ ਜੋ ਸਾਡੀ ਕਮੀ ਹੈ ਜਾਂ ਗੁਣ ਹੈ ਉਸ ਉਹਦੇ ਬਾਰੇ ਜਾਣਨਾ ਸਿੱਖੀਏ ਸਾਹ ਸਾਹ ਸੰਪੂਰਨ ਹਾਰੇ ਹੁਣ ਰਸ ਬਣਨਾ ਸ਼ੁਰੂ ਹੋ ਜਾਣਾ ਜਦੋਂ ਗੁਰਬਾਣੀ ਨਾਲ ਪ੍ਰੇਮ ਪੈ ਗਿਆ ਸਾਂਝ ਪੈ ਗਈ ਇਹ ਰਸ ਬਣਨਾ ਸ਼ੁਰੂ ਹੋ ਜਾਣਾ ਪਰ ਸਭ ਤੋਂ ਪਹਿਲਾਂ ਐਕਸੈਪਟ ਕਰਨਾ ਪਊ ਸਾਸ ਸਾਸ ਹਮ ਭੂਲਨ ਹਾਰੇ ਤੂੰ ਸਮਰਥ ਅਗਨ ਤਪਾਰੇ ਫਿਰ ਬੇਨਤੀ ਰੂਪ ਹੋ ਕੇ ਗਰੀਬੀ ਚਾ ਕੇ ਨਿਮਰਤਾ ਦੇ ਨਾਲ ਸ਼ਰਨ ਪਰੇ ਕੀ ਰਾਖ ਦੇ ਅਲਾ ਨਾਨਕ ਤੁਮਰੇ ਬਾਲ ਗੋਪਾਲਾ ਇਸ ਬਖਸ਼ਿਸ਼ ਦੇ ਪਾਤਰ ਤਾਂ ਹੀ ਬਣਿਆ ਜਾਣਾ ਜਿਸਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਓ ਜੇਕਰ ਐਸ ਬਖਸ਼ਿਸ਼ ਦੇ ਪਾਤਰ ਬਣ ਗਏ ਇਹ ਇਵਜ਼ਾਨੇ ਵਿੱਚ ਸਾਡੀ ਆਵਸਥਾ ਬਣਨੀ ਹੈ ਨਾਨਕ ਬਾਤ ਸ਼ਾਹੀ ਬਾਦਸ਼ਾਹ ਵਾ ਵਾ ਮੇਰੇ ਸਤਿਗੁਰੂ ਵਾ 25 ਨੰਬਰ ਪਦਾ ਅਸੀਂ ਅੱਜ ਵਿਚਾਰ ਲਿਆ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ